ਸਾਡੇ ਇੱਥੇ ਆਪਾਂ ਨਵੇਂ ਸ਼ਹਿਰ ਪਹੁੰਚੇ ਹੈਗੇ ਆਪਾਂ ਵੀ ਜਿਹੜੇ ਟ੍ਰਸਟੀ ਮੈਂਬਰ ਸੀਗੇ ਅੱਜ ਉੱਥੇ ਪਹੁੰਚੇ ਨੇ ਉਹਨੇ ਕੋਈ ਵੀ ਅੱਜ ਮੈਂ ਉਹਨਾਂ ਨੂੰ ਸਾਰਿਆਂ ਨੂੰ ਦੱਸਿਆ ਸਾਰਿਆਂ ਨੇ ਤਾਂ ਨਹੀਂ ਡਾਕਟਰ ਬਾਲ ਸਾਹਿਬ ਨੂੰ ਦੱਸਿਆ ਸੀ ਵੀ 18 ਤਰੀਕ ਨੂੰ ਆਪਾਂ ਇਕੱਠੇ ਹੋਣਾ ਹਸਪੀਟਲ ਉਸ ਤੋਂ ਬਾਅਦ ਮੈਂ ਤਾਂ ਇਹਨਾਂ ਨੂੰ ਕੱਲ ਵੀ ਦੱਸਿਆ ਸੀ ਪਰਸੋਂ ਵੀ ਗੱਲ ਹੋਈ ਸੀ ਵੀ ਦੱਸਿਆ ਸੀਗਾ ਉਸ ਤੋਂ ਬਾਅਦ ਸ਼ਾਇਦ ਨਹੀਂ ਆਏ ਉਹਨਾਂ ਨੂੰ ਕਿਹਾ ਸੀ ਵੀ ਜੇ ਆਪਣੀ ਪ੍ਰਸ਼ਾਸਨ ਗੱਲ ਨਹੀਂ ਕਰਦਾ ਤੇ ਉਸ ਤੋਂ ਬਾਅਦ ਸਖਤ ਐਕਸ਼ਨ ਜਿਹੜਾ ਸਮਾਜ ਦੇ ਵਿੱਚ ਹੀ ਲਿਆ ਜਾਊਗਾ ਤੇ ਜਿਹੜੇ ਜ਼ੋਨਲ ਅਫਸਰ ਆ ਅੰਮ੍ਰਿਤਸਰ ਉਹਨਾਂ ਨਾਲ ਵੀ ਜਿਹੜਾ ਮਿਲ ਕੇ ਜਿਹੜਾ ਵਾਰਤਾਲਾਪ ਕੀਤੀ ਜਾਊਗੀ ਪਰ ਉਹ ਅੱਜ ਇੱਥੇ ਆਏ ਨੇ ਫੋਨ ਕਰਦਾ ਫੋਨ ਸਵਿਚ ਆਫ ਆ ਰਿਹਾ ਅਸੀਂ ਭਾਈ ਬੇਨਤੀ ਸੀ ਵੀ ਜ਼ੋਨਲ ਅਫਸਰ ਨਾਲ ਗੱਲ ਕਰਨ ਤੋਂ ਪਹਿਲਾਂ ਧਰਨਾ ਠੀਕ ਆ ਆਪਣਾ ਨਹੀਂ ਦੇਖੋ ਅੱਜ ਜਿਹੜਾ ਖੜੇ ਸੀ ਇੱਥੇ ਖੜ ਕੇ ਤੁਹਾਨੂੰ ਉਹੀ ਦੱਸਦਾ ਵੀ ਸੰਵਿਧਾਨਕ ਤੌਰ ਤੇ ਪਹਿਲਾਂ ਜਿਹੜੇ ਅਫਸਰ ਆ ਉਹ ਕਹਿੰਦੇ ਜਿਹੜੇ ਬੈਂਕ ਦੇ ਮੁਲਾਜ਼ਮ ਆ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਆਪਾਂ ਵੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਪਹਿਲਾਂ ਸਭ ਤੋਂ ਪਹਿਲਾਂ ਇਹ ਰੱਖਿਆ ਵੀ ਇਹਨਾਂ ਦੀ ਗੱਲ ਜੇ ਸਿਰੇ ਨਹੀਂ ਚੜਦੀ ਜੇ ਆਪਣੀ ਜਿਹੜੀ ਗੱਲ ਆ ਡਿਮਾਂਡ ਆ ਮੰਗ ਆ ਵੀ ਸਾਡੇ ਰਹਿਬਰਾਂ ਦਾ ਸਤਿਗੁਰਾਂ ਦਾ ਬਦਾਮਾ ਦਾ ਨਾਮ ਬਦਨਾਮ ਕੀਤਾ ਇੱਥੇ ਬੰਦ ਕਰਕੇ ਤਾਲੇ ਅੱਜ ਇਸ਼ੂ ਇਹ ਨਹੀਂ ਬਣਦਾ ਵੀ ਡਾਕਟਰ ਦੇ ਤਾਲੇ ਲਾਏ ਆ ਅੱਜ ਇਸ਼ੂ ਇਹ ਬਣਦਾ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ ਨੂੰ ਉਹਨਾਂ ਦੇ ਨਾਮ ਨੂੰ ਤਾਲੇ ਲਾਏ ਆ ਸ਼੍ਰੀਮਾਨ ਜੀ ਤੁਸੀਂ ਇਹਨੂੰ ਆਪਣੇ ਜਿਹੜੇ ਟ੍ਰਸਟ ਤੁਸੀਂ ਗਲਤ ਮੰਨਦੇ ਜਾਂ ਪ੍ਰਸ਼ਾਸਨ ਨੂੰ ਗਲਤ ਮੰਨਦੇ ਜਿੱਦ ਲਾਏ ਦੇਖੋ ਪ੍ਰਸ਼ਾਸਨ ਦੀ ਗਲਤੀ ਆ ਵੀ ਜੇ ਲੋਨ ਨਹੀਂ ਦੇ ਸਕਿਆ ਮੈਂ ਕਹਿੰਦਾ ਵੀ 1% ਜੇ ਡਾਕਟਰ ਕਹਿੰਦੇ ਨਹੀਂ ਪਰ ਕਿਤੇ ਨਾ ਕਿਤੇ ਤਾਂ ਗੁਰੂ ਰਵਿਦਾਸ ਮਹਾਰਾਜ ਦੀ ਤਸਵੀਰ ਦੇਖਣੀ ਚਾਹੀਦੀ ਸੀ ਉਹਦੇ ਨਾਲੇ ਗੁਰੂ ਨਾਨਕ ਮਹਾਰਾਜ ਦੀ ਤਸਵੀਰ ਲੱਗੀ ਆ ਇਹ ਚੀਜ਼ ਦੇਖਣੀ ਚਾਹੀਦੀ ਸੀਗੀ ਦੇਖਣ ਤੋਂ ਬਾਅਦ ਜੇ ਗੱਲ ਹੁੰਦੀ ਤਾਂ ਇਹ DSP ਸਾਹਿਬ SSP ਸਾਹਿਬ ਲੋਕ ਜਿਹੜੇ ਮਿਨਿਸਟਰ ਸਾਰਿਆਂ ਨੂੰ ਪਤਾ ਹੀ ਅਫਸਰਾਂ ਨੂੰ ਵੀ ਇੱਥੇ ਡੇਰਾ ਜਿਹੜਾ ਸ੍ਰੀ ਗੁਰਦਾਸ ਮਹਾਰਾਜ ਸੰਤ ਕੁਲਵੰਤ ਰਾਮ ਮਹਾਰਾਜ ਇੱਥੇ ਲੋਕ ਰਹਿੰਦੇ ਆ ਅਜੇ ਡੇਰਾ ਸੰਘ ਬੱਲਾਂ ਆ ਕਿਸੇ ਨੂੰ ਮੈਸੇਜ ਲਾਉਂਦੇ ਵੀ ਯਾਰ ਆਹ ਗੱਲ ਚੱਲਦੀ ਆ ਵੀ ਤੁਸੀਂ ਇੱਕ ਵਾਰੀ ਸਾਰਿਆਂ ਨੇ ਮੀਟਿੰਗ ਕਰ ਲਓ ਜੇ ਉਹ ਨੋਟਿਸ 'ਚ ਹੁੰਦਾ ਤੇ ਆਪਾਂ ਜਿਹੜੇ ਅੱਜ ਇਕੱਠੇ ਹੋਏ ਪਹਿਲਾਂ ਇਕੱਠੇ ਹੋ ਲੈਂਦੇ ਦੱਸੀ ਭਾਜੀ ਇਹੀ ਸਵਾਲ ਜਿਹੜਾ ਟ੍ਰਸਟੀ ਮੈਂਬਰ ਆਪਣੇ ਖੜਾ ਹੁੰਦਾ ਵੀ ਜਦੋਂ ਉਹਨਾਂ ਟੈਸਟ ਨਹੀਂ ਮੁੜਦੀਆਂ ਸੀਗੀਆਂ ਤਾਂ ਪਹਿਲਾਂ ਤੁਹਾਡੇ ਨਾਲ ਤਾਂ ਆਪਣੇ ਸਮਾਜ 'ਤੇ ਗੱਲ ਰੱਖਦੀ ਉਹਨੀ ਗੱਲ ਕਿਉਂ ਕਿਉਂ ਰੱਖੀ ਨਹੀਂ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਗੱਲ ਕਰਦਾ ਵੀ ਜਿਹੜੀਆਂ ਸਰਕਾਰਾਂ ਆ ਜਿੰਨੀਆਂ ਵੀ ਆਈਆਂ ਗਈਆਂ ਜੇਕਰ ਦੂਜੇ ਸਮਾਜ ਦੇ ਬੰਦਿਆਂ ਦਾ ਕੋਈ ਕਰਜ਼ਾ ਆ ਉਹ ਮਾਫ਼ ਕਰ ਦਿੰਦੇ ਆ ਕਿ ਲਿਖਤ ਦੇਣੀ ਪੈਂਦੀ ਆ ਜਿਹੜਾ ਲੋਕਲ DC ਆ ਜ਼ਿਲ੍ਹਿਆਂ ਦੇ ਵਿੱਚ ਉਹ ਲਿਖਤ ਦਿੰਦਾ ਵੀ ਫਲਾਣੇ ਬੰਦੇ ਦਾ ਕਰਜ਼ਾ ਇੰਨਾ ਬਣਦਾ ਸਰਕਾਰ ਆ ਮੰਗਦੀ ਆ ਵੀ ਜੇਕਰ ਨਹੀਂ ਹੈਗਾ ਤਾਂ ਕਰਜ਼ਾ ਦੱਸੋ ਮਾਫ਼ ਉਹ ਅਨਾਊਂਸਮੈਂਟ ਕਰ ਦਿੰਦੇ ਆ ਸਾਡੇ ਜਿਹੜੇ ਕਿਰਤੀ ਮਜ਼ਦੂਰ ਆ ਜਿਹੜੇ ਖੇਤੀ 'ਚ ਖੇਤਾਂ 'ਚ ਮਜ਼ਦੂਰ ਕਰਦੇ ਆ ਕੋਈ ਲੇਬਰ ਦਾ ਕੰਮ ਕਰਦਾ ਕੋਈ ਲੱਕੜ ਦਾ ਕੰਮ ਕਰਦਾ ਮੈਂ ਨਹੀਂ ਸੁਣਿਆ ਕਦੀ 10,000 ਰੁਪਏ ਕਿਸੇ ਦਾ ਸਰਕਾਰ ਨੇ ਉਹਨਾਂ ਦਾ ਮਾਫ਼ ਕੀਤਾ ਹੋਊਗਾ ਤੇ ਅੱਜ ਸਾਨੂੰ ਲੋੜ ਥੋੜਾ ਮੰਗ ਪੱਤਰ ਦੇਣ ਦੀ ਵੀ ਮੈਂ ਸਵਾਲ ਇਹ ਕਰਦਾ ਸੀਗਾ ਵੀ ਜੇ ਮਤਲਬ 4-5 ਸਾਲ ਦਾ ਪ੍ਰੋਸੈਸ ਚੱਲ ਰਿਹਾ ਹੈਗਾ ਜੇ ਇਹਨਾਂ ਕੋਲ ਮੈਨੇਜਮੈਂਟ ਨਹੀਂ ਹੁੰਦੀ ਸੀਗੀ ਤਾਂ ਇਹਨਾਂ ਨੂੰ ਪਹਿਲੇ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਵੀ ਸਾਡੇ ਕੋਲ ਅਰੇਂਜ ਨਹੀਂ ਹੋ ਰਿਹਾ ਸਾਡੀ ਮਦਦ ਕੀਤੀ ਜਾਵੇ ਤੁਸੀਂ ਮੈਂ ਤੁਹਾਨੂੰ ਇਹ ਕਹਿੰਦਾ ਵੀ 2017 'ਚ ਕਹਿੰਦੇ ਬਿਲਡਿੰਗ ਬਣਾ ਲਈ 2021 ਦੇ ਵਿੱਚ ਅਕਾਊਂਟ NP ਹੋ ਗਿਆ NP ਤੋਂ ਬਾਅਦ 2021 ਤੋਂ ਅੱਜ 24 ਆ ਗਿਆ ਇੰਨੇ ਸਮੇਂ ਦੇ ਵਿੱਚ ਜਿਹੜੀ ਵੀਡੀਓ ਮੈਂ ਉਹੀ ਫੇਰ ਦੁਬਾਰਾ ਤੁਹਾਨੂੰ ਦੱਸਦਾ ਵੀ ਜਿਹੜੀ ਆਪਾਂ ਬੰਦ ਕਰਨ ਤੋਂ ਬਾਅਦ ਪਾਈ ਆ ਉਹ ਪਹਿਲਾਂ ਪਾ ਦਿੰਦੇ ਲੋਕਾਂ ਦੇ ਦਿਮਾਗ 'ਚ ਆ ਜਾਂਦਾ ਵੀ ਯਾਰ ਆਹ ਗੱਲ ਆ ਵੀ ਆਪਾਂ ਇਕੱਠੇ ਹੋਈਏ ਅੱਜ ਇਕੱਠੇ ਵੀ ਤਾਂ ਹੋਏ ਆ ਵੀ ਜਦੋਂ ਬੰਦ ਹੋਇਆ ਜਦੋਂ ਵੀਡੀਓ ਆਈ ਆ ਪਤਾ ਚੱਲਿਆ ਸਾਨੂੰ ਸਾਰੇ ਸਮਾਜ ਇਕੱਠਾ ਹੋਇਆ ਆਪਾਂ ਪਾਈ ਆ ਵੀ ਇਕੱਠੇ ਹੋਈਏ ਇਸ ਕਰਕੇ ਕਿਤੇ ਨਾ ਕਿਤੇ ਦੋ ਪਾਸੇ ਨਿਕਲੀ ਆ ਕਿ ਤਾਂ ਡਾਕਟਰ ਸਾਹਿਬ ਨਿਕਲੀ ਹੋਈ ਤੇ ਇੱਕ ਪ੍ਰਸ਼ਾਸਨ ਦੀ ਵੀ ਜਿਨ੍ਹਾਂ ਨੇ ਫਟਾਫਟ ਦੋ ਬੰਦੇ ਆ ਕੇ ਤਾਰਾ ਲਾ ਦੇ ਬਾਬਾ ਜੀ ਅੱਜ ਦੇ ਜਿਹੜਾ ਪੱਥੇ ਇਕੱਠੇ ਹੋਏ ਆ ਦੋ ਸ਼ਬਦਾਂ ਨੂੰ ਦੋ ਬੋਲੇ ਚਲੋ ਆਇਓ ਟਣਾ ਅੱਜ ਜੋ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਚੈਰੀਟੇਬਲ ਹਸਪੀਟਲ ਆ ਜੀ ਇਹ ਜਿਸ ਦਿਨ ਦਾ ਸੀਲ ਕੀਤਾ ਜੋ ਸੰਗਤਾਂ ਦੇ ਵਿੱਚ ਖਬਰ ਪਹੁੰਚੀ ਸੰਗਤਾਂ ਦੇ ਬਹੁਤ ਹੀ ਮਨ ਦੁਖੀ ਹੋਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਿਆਂ ਦਾ ਔਰ ਸੰਗਤਾਂ ਦੇ ਬਹੁਤ ਫੋਨ ਆਏ ਬਾਹਰੋਂ ਵੀ ਇੱਧਰੋਂ ਵੀ ਗੁਰੂ ਸਾਹਿਬ ਦੇ ਨਾਮ ਦੇ ਉੱਤੇ ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ ਤੇ ਉਹਦੇ ਕਰਕੇ ਪਹਿਲਾਂ ਵੀ ਇੱਕ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਅੱਜ ਵੀ ਅੱਜ ਆਏ ਆ ਵੀ ਜੇ ਉਹ ਹੁਣ ਵੀ ਪੁਲਿਸ ਪ੍ਰਸ਼ਾਸਨ ਨੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੇ ਮਤਲਬ ਬੁਲਾਇਆ ਉੱਥੇ ਦੇਖੋ ਜਾ ਕੇ ਕੀ ਗੱਲ ਹੁੰਦੀ ਆ ਪਰ ਅਸੀਂ ਸੰਗਤਾਂ ਨੂੰ ਇਹੀ ਮਤਲਬ ਕਹਿਣਾ ਚਾਹੁੰਦੇ ਗੁਰੂ ਰਹਿਬਰ ਦੇ ਨਾਮ ਦੇ ਉੱਤੇ ਜੇ ਸਾਡੇ 'ਚ ਗੰਜਾਇਸ਼ ਸਾਡੇ ਕੋਲ ਪੈਸਾ ਆ ਉਹਨਾਂ ਨਾਮ ਤੇ ਸਕੂਲ ਹੋਸਪਿਟਲ ਪਾਇਆ ਕਰੋ ਕਿਸੇ ਤੋਂ ਲੋਨ ਚੱਕ ਕੇ ਨਾ ਕਰਿਆ ਕਰੋ ਤਾਂ ਜੋ ਗਾਹਾਂ ਕਿਸ਼ਤ ਦੇਣ ਵੇਲੇ ਔਖੀ ਹੁੰਦੀ ਆ ਜੋ ਕਿਸ਼ਤਾਂ ਨਹੀਂ ਦੇ ਹੁੰਦੀਆਂ ਤਾਂ ਫਿਰ ਗੁਰੂ ਸਾਹਿਬ ਦਾ ਨਾਮ ਜਿਹੜਾ ਬਹੁਤ ਬਦਨਾਮ ਹੁੰਦਾ ਗੁਰੂ ਸਾਹਿਬ ਦਾ ਬਹੁਤ ਵੱਡਾ ਘੋਰ ਅਪਮਾਨ ਹੁੰਦਾ ਬਾਬਾ ਜੀ ਤੁਸੀਂ ਦੂਰ ਦਰਦ ਤੋਂ ਆਪਾਂ ਪਹੁੰਚੇ ਹੈਗੇ ਸਾਰੇ ਇਕੱਠੇ ਹੋ ਕੇ ਵੀ ਟ੍ਰਸਟੀ ਮੈਂਬਰਾਂ ਵੀ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ
ਮੈਨੂੰ ਪਤਾ ਨਹੀਂ, ਮੈਨੂੰ ਹੁਣ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਸੀ ਵੀ ਉਹ ਨਹੀਂ ਆਉਣਾ ਕਿ ਨਹੀਂ ਆਉਣਾ। ਮਹਾਰਾਜ ਜੀ ਧਰਨਾ ਇੱਦਾਂ ਲਾਉਣਾ ਸਹੀ ਆ? ਚਲੋ ਜਿਹੜੇ ਨੌਜਵਾਨ ਆ ਉਹਨਾਂ ਦੇ ਮਨ ਦੇ ਵਿੱਚ ਦੁੱਖ ਆ ਵੀ ਕਿਸੇ ਨੇ ਮਤਲਬ ਜਿਸ ਦਿਨ ਦਾ ਇਹ ਹੋਇਆ ਆ ਵੀ ਸਾਡੇ ਜਿਹੜੇ MLA MP ਆ ਕਿਸੇ ਨੇ ਆ ਕੇ ਪੁੱਛਿਆ ਨਹੀਂ, ਪਰ ਸਰਕਾਰਾਂ ਜਿੱਥੇ ਹੋਰਾਂ ਦੇ ਕਰਜ਼ੇ ਐਡੇ ਐਡੇ ਮਾਫ਼ ਕਰਦੇ ਆ, ਕਿਸਾਨਾਂ ਦੇ ਕਰਦੇ ਆ, ਮਜ਼ਦੂਰ ਦਾ ਤਾਂ ਕਦੇ ਕੀਤਾ ਹੀ ਨਹੀਂ, ਜੇ ਹੋਰਾਂ ਦੇ ਕਰਦੇ ਵੀ ਇੱਕ ਚੈਰੀਟੇਬਲ ਹੋਸਪਿਟਲ ਆ, ਇੱਥੇ ਸੇਵਾ ਭਾਵਨਾ ਹੀ ਆ। ਇਸ ਵੇਲੇ ਸਰਕਾਰ ਆ ਜਿਹੜੀ ਆ ਗਲੀ ਮੁਹੱਲੇ ਦੇ ਵਿੱਚ ਕਲੀਨਿਕ ਮਤਲਬ ਗਲੀ ਦੇ ਉੱਤੇ ਛੋਟੀ ਛੋਟੀਆਂ ਕਲੀਨਿਕ ਖੋਲਦੇ ਆ, ਇਹ ਵੀ ਮਤਲਬ ਇੱਕ ਸੇਵਾ ਭਾਵਨਾ ਹੀ ਆ। ਜੇ ਇੱਥੇ ਦਾ ਵੀ ਕਰਜ਼ਾ ਮਾਫ਼ ਹੋ ਜਾਂਦਾ ਤਾਂ ਕਿਹੜੀ ਗੱਲ ਸੀ? ਮਹਾਰਾਜ ਜਿੱਦਾਂ ਹੁਣ ਕਿਸ਼ਤਾਂ ਟੁੱਟ ਗਈ, NP ਹੋ ਗਿਆ, ਇਹ ਇੱਕ ਦਿਨ ਤਾਂ ਨਹੀਂ ਹੋਇਆ, 5-7 ਮਹੀਨੇ ਸਾਲ ਭਰ ਲੱਗੇ ਹੋਊਗੇ, ਟ੍ਰਸਟ ਮੈਂਬਰ ਚਾਹੀਦੇ ਪਰ ਤੁਹਾਡੇ ਤੁਹਾਨੂੰ ਗੱਲ ਕਰਦੇ ਸਮਾਜ ਵਿੱਚ ਕਿ ਹਾਂ ਪਤਾ ਨਹੀਂ ਸਾਨੂੰ ਇਹਦੇ ਬਾਰੇ ਵੀ, ਇਹਦਾ ਉਹਨਾਂ ਨੂੰ ਚਾਹੀਦਾ ਗਾ ਵੀ ਸਾਰੇ ਸਮਾਜ ਨੂੰ ਦੱਸ ਦੇ, ਸਾਰੇ ਸਮਾਜ ਨੂੰ ਇੱਕ ਜਿੱਦਾਂ ਹੁਣ ਮੀਡੀਆ ਦੇ ਵਿੱਚ ਬੋਲ ਕੇ ਪਾਇਆ, ਜੇ ਉਸ ਵੇਲੇ ਪਾਇਆ ਹੁੰਦਾ ਸ਼ਾਇਦ ਮਤਲਬ ਇਹ ਅੱਜ ਦਿਨ ਦੇਖਣਾ ਨਾ ਪੈਂਦਾ। ਹੁਣ ਆਪਣਾ ਅਗਲਾ ਕਦਮ ਆਪਣਾ ਕੀ ਹੈ? ਅਗਲਾ ਹੁਣ ਜੋ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਦੇ ਫਿਰ ਦੇਖਦੇ ਕੀ ਕਰਦੇ।